ਸਰਜੀਕਲ ਸਟ੍ਰਾਈਕ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ। ਡੀਐਸ ਹੁੱਡਾ, ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ਦੇ ਪਾਰ ਜਾ ਕੇ ਸਰਜੀਕਲ ਸਟ੍ਰਾਈਕ ਕਰਨ ਦੇ 2 ਸਾਲ ਪੂਰੇ ਹੋਣ ਮਗਰੋਂ ਸੇਵਾਮੁਕਤ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਰਜੀਕਲ ਸਟ੍ਰਾਈਕ ਜ਼ਰੂਰੀ ਸੀ, ਪਰ ਇਸ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ, ਦੇਖਿਏ ਮੈਂ ਸਿਰਫ ਆਪਣੀ ਮਿਲਟਰੀ ਨਜ਼ਰੀਏ ਸੇ ਦੇਖ ਰਹਾ ਹੂੰ ਐਂਡ ਫਰੋਮ ਆਰ ਪਰਸਪੈਕਟਿਵ ਯੇ ਕਰਨਾ ਜ਼ਰੂਰੀ ਥਾ। ਵੀ ਹੈਡ ਲੋਸਟ ਸੋ ਮੈਨੀ ਸੋਲਜਰਸ, ਉਰੀ ਮੈਂ ਇਤਨੇ ਹਮਾਰੇ ਜਵਾਨ ਸ਼ਹੀਦ ਹੋਏ ਥੇ, ਤੋ ਇੱਕ ਸਟਰੋਂਗ ਮੈਸੇਜ ਪਾਕਿਸਤਾਨ ਕੋ ਭੇਜਣਾ ਜ਼ਰੂਰੀ ਥਾ, ਔਰ ਵੋ ਉਸੀ ਤਰ੍ਹਾਂ ਸਟਰੋਂਗ ਮੈਸੇਜ ਜਾ ਸਕਤਾ ਹੈ ਕਿ ਅਗਰ ਆਪ ਹਮਾਰੇ ਏਰੀਆ ਮੇਂ ਆਕਰ ਇਸ ਤਰ੍ਹਾਂ ਕੀ ਸਟ੍ਰਾਈਕਸ ਕਰੇਂਗੇ ਤੋ ਹਮ ਵੀ ਆਪਕੇ ਏਰੀਆ ਮੇਂ ਆਕਰ ਉਸੀ ਤਰ੍ਹਾਂ ਕੀ ਔਰ ਉਸੇ ਬਿਹਤਰ ਔਰ ਬੜੀ ਸਟ੍ਰਾਈਕਸ ਕਰ ਸਕਤੇ ਹੈ, ਤੋ ਯੇ ਕਰਨਾ ਜ਼ਰੂਰੀ ਥਾ। ਅਬ ਲੋਕ ਬੋਲਤੇ ਹੈ ਯੇ ਪੋਲੀਟੀਸਾਈਜ਼ ਹੋ ਗਈ ਹੈ, ਕੁਛ ਮੁਝੇ ਵੀ ਲਗਤਾ ਹੈ ਕਿ ਥੋੜ੍ਹਾ ਸਾ ਯੂ ਨੋ ਓਵਰ ਹਾਈਪ ਹੋ ਗਈ, ਥੋੜ੍ਹੀ ਪੋਲੀਟੀਸਾਈਜ਼ ਹੋ ਗਈ, ਬਟ ਫਰੋਮ ਦ ਮਿਲਟਰੀ ਪਰਸਪੈਕਟਿਵ ਇਟ ਵਾਜ਼ ਅ ਵੈਰੀ ਸਕਸੈਸਫੁਲ ਆਪਰੇਸ਼ਨ ਔਰ ਇਸਕੋ ਹਮੇ ਕਰਨੇ ਕੀ ਬਹੁਤ ਜ਼ਰੂਰਤ ਹੈ ਔਰ ਹਮਨੇ ਕੀਆ।